ਮੌਜੂਦਾ ਚੱਲ ਰਹੀ ਬਿਮਾਰੀ ਬਾਰੇ ਕੁਛ ਲੈਣਾ ਲਿਖੀਆਂ ਚਾਰ ਕੁ। ਉਹ ਲੈਣਾ ਕੀ ਲਿਖੀਆਂ, ਮਤਲਬ ਇੱਕ ਗੱਲ ਜੋੜ ਕੇ ਦੇਖੀ ਹੈ ਸਾਰੀ ਪਬਲਿਕ ਨੂੰ ਕਿ ਆਪਾਂ ਆਪਣੇ ਘਰੇ ਰਹੋ। ਮਸਾ ਮਸਾ ਏ ਮਿਲਿਆ ਜ਼ਿੰਦਗੀ ਵਾਲਾ ਮੇਲਾ ਏ, ਮੈਂ ਹੱਥ ਜੋੜਦਾ ਸੰਭਲ ਜਾਓ ਹਾਲੇ ਵੀ ਵੇਲਾ ਏ। ਇਹ ਜਾਤ ਪਾਤ ਨਾ ਧਰਮ ਦੇਖੇ ਨਾ ਵੱਡੇ ਛੋਟੇ ਨੂੰ, ਜੋ ਖਤਰਾ ਏ ਨਾ ਵਾਰਸ ਨੂੰ ਉਹੀ ਜਿਗਰ ਦੇ ਟੋਟੇ ਨੂੰ। ਸੋਸ਼ਲ ਮੀਡੀਆ 'ਤੇ ਇਸ ਵੇਲੇ ਪੰਜਾਬ ਦੇ ਪੁਲਿਸ ਮੁਲਾਜ਼ਮਾਂ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤਿੰਨ ਪੰਜਾਬ ਪੁਲਿਸ ਦੇ ਮੁਲਾਜ਼ਮ ਲੋਕਾਂ ਨੂੰ ਕੋਰੋਨਾ ਵਾਇਰਸ 'ਤੇ ਜਾਗਰੂਕ ਕਰ ਰਹੇ ਨੇ। ਲਗਭਗ 3 ਮਿੰਟ ਦੀ ਇਸ ਵੀਡੀਓ 'ਚ ਪੁਲਿਸ ਮੁਲਾਜ਼ਮ ਹੱਥ ਬੰਨ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਮਜ਼ਾਕ ਨਾ ਬਣਾ ਕੇ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਲਈ ਕਹਿ ਰਹੇ ਨੇ। ਜ਼ਰਾ ਤੁਸੀਂ ਵੀ ਸੁਣੋ ਕਿਵੇਂ ਪੁਲਿਸ ਪਾਰਟੀ ਨੇ ਸਟੂਡੀਓ 'ਚ ਰੰਗ ਬੰਨਿਆ। ਮੈਂ ਤੁਹਾਡਾ ਆਪਣਾ ਬਲਜੂ ਦੇ ਪੰਜਾਬ ਪੁਲਿਸ। ਅੱਜ ਬਾਈ ਜਸਵਿੰਦਰ ਸਿੰਘ ਸੁਰਸਮਨ ਸਟੂਡੀਓ ਮਾਨਸਾ ਬੈਠੇ ਸੀ। ਮੌਜੂਦਾ ਚੱਲ ਰਹੀ ਬਿਮਾਰੀ ਬਾਰੇ ਕੁਛ ਲੈਣਾ ਲਿਖੀਆਂ ਚਾਰ ਕੁ। ਉਹ ਲੈਣਾ ਕੀ ਲਿਖੀਆਂ, ਮਤਲਬ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਰੀ ਪਬਲਿਕ ਨੂੰ ਵੀ ਆਪੋ ਆਪਣੇ ਘਰੇ ਰਹੋ। ਅਤੇ ਉਹ ਤੁਹਾਡੀ ਨਜ਼ਰ ਕਰਨ ਲੱਗੇ ਹਾਂ, ਅਤੇ ਮੈਂ ਅਤੇ ਮੇਰੇ ਸਾਥੀ ਐਕਸਾਈਜ਼ ਸਟਾਫ ਮਾਨਸਾ ਅਤੇ ਬਾਈ ਜਸਵਿੰਦਰ ਸਿੰਘ ਜੀ ਕਰੀਏ ਸ਼ੁਰੂ। ਹਾਂਜੀ, ਇਹਦਾ ਨਾਮ ਕਰੋ ਨਾ ਕੋਈ ਗਲਤੀ ਕਰੋ ਨਾ, ਇਹਦਾ ਨਾਮ ਕਰੋ ਨਾ ਕੋਈ ਗਲਤੀ ਕਰੋ ਨਾ। ਮਸਾ ਮਸਾ ਏ ਮਿਲਿਆ ਜ਼ਿੰਦਗੀ ਵਾਲਾ ਮੇਲਾ ਏ, ਮੈਂ ਹੱਥ ਜੋੜਦਾ ਸੰਭਲ ਜਾਓ ਹਾਲੇ ਵੀ ਵੇਲਾ ਏ। ਅਸੀਂ ਹੱਥ ਜੋੜੀਏ ਸੰਭਲ ਜਾਓ ਹਾਲੇ ਵੀ ਵੇਲਾ ਏ। ਇਹ ਘੜੀ ਸਿਆਣਪ ਸੰਜਮ ਦੀ ਮਜ਼ਾਕ ਬਣਾਈਏ ਨਾ, ਐਵੇਂ ਘੁੰਮਦੀ ਵਾਰ ਮੁਸੀਬਤ ਨੂੰ ਆਪਣੇ ਕਰ ਲਿਆਈਏ ਨਾ, ਐਵੇਂ ਘੁੰਮਦੀ ਵਾਰ ਮੁਸੀਬਤ ਨੂੰ ਆਪਣੇ ਕਰ ਲਿਆਈਏ ਨਾ। ਇਸੇ ਬੇਪਰਵਾਹੀ ਨੇ ਪੱਲੇ, ਇਸੇ ਬੇਪਰਵਾਹੀ ਨੇ ਪੱਲੇ ਪਾ ਦੇਣਾ ਝਮੇਲਾ ਏ, ਮੈਂ ਹੱਥ ਜੋੜਦਾ ਸੰਭਲ ਜਾਓ ਹਾਲੇ ਵੀ ਵੇਲਾ ਏ। ਅਸੀਂ ਹੱਥ ਜੋੜੀਏ ਸੰਭਲ ਜਾਓ ਹਾਲੇ ਵੀ ਵੇਲਾ ਏ। ਇਹ ਜਾਤ ਪਾਤ ਨਾ ਧਰਮ ਦੇਖੇ ਨਾ ਵੱਡੇ ਛੋਟੇ ਨੂੰ, ਜੋ ਖਤਰਾ ਏ ਨਾ ਵਾਰਸ ਨੂੰ ਉਹੀ ਜਿਗਰ ਦੇ ਟੋਟੇ ਨੂੰ, ਜੋ ਖਤਰਾ ਏ ਨਾ ਵਾਰਸ ਨੂੰ ਉਹੀ ਜਿਗਰ ਦੇ ਟੋਟੇ ਨੂੰ। ਭਾਵੇਂ ਕੋਈ ਬੈਂਕ ਦਾ ਮਾਲਕ ਆ, ਭਾਵੇਂ ਕੋਈ ਬੈਂਕ ਦਾ ਮਾਲਕ ਆ, ਜਾਂ ਜਿਹਦੇ ਕੋਲ ਨਾ ਧੇਲਾ ਏ, ਮੈਂ ਹੱਥ ਜੋੜਦਾ ਸੰਭਲ ਜਾਓ ਹਾਲੇ ਵੀ ਵੇਲਾ ਏ। ਅਸੀਂ ਹੱਥ ਜੋੜੀਏ ਘਰੇ ਰਹੋ ਹਾਲੇ ਵੀ ਵੇਲਾ ਏ। ਕਰੋ ਉਹਨਾਂ ਲਈ ਦੁਆਵਾਂ ਜੋ ਇਸ ਜੰਗ ਨਾਲ ਲੜਦੇ ਨੇ, ਛੱਡ ਆਪਣੇ ਪਰਿਵਾਰ ਤੁਹਾਡੀ ਸੇਵਾ ਲਈ ਖੜ ਗਏ ਨੇ, ਉਹ ਛੱਡ ਆਪਣੇ ਪਰਿਵਾਰ ਤੁਹਾਡੀ ਸੇਵਾ ਲਈ ਖੜ ਗਏ ਨੇ। ਰੱਬ ਰੂਪੀ ਡਾਕਟਰ ਨਰਸਾਂ, ਰੱਬ ਰੂਪੀ ਡਾਕਟਰ ਨਰਸਾਂ ਪੁਲਿਸ ਦਾ ਰਿਣੀ ਅਲਵੇਲਾ ਏ, ਮੈਂ
ਹੱਥ ਜੋੜਦਾ ਸੰਭਲ ਜਾਓ ਹਾਲੇ ਵੀ ਵੇਲਾ ਏ, ਅਸੀਂ ਹੱਥ ਜੋੜੀਏ ਘਰੇ ਰਹੋ ਹਾਲੇ ਵੀ ਵੇਲਾ ਏ, ਹਾਲੇ ਵੀ ਵੇਲਾ ਏ। ਥੈਂਕ ਯੂ ਜੀ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।